विरोध प्रदर्शन कर आए थे, सर जी पूरा अमन तरीके विरोध प्रदर्शन कर रहे थे, पर सानू पुलिसियां लाठियां नाल मारे जा रहे हैं, साढ़े वर्कर घायल हो गए सर, गर्दन से डंडे मारे जा रहे हैं सर। सर चन्नी जिहड़ा कहिंदा मैं आम मुख्यमंत्री है, आ देख लो तुसीं तरीका, धक्केशाही की जा रही साढ़े नाल, पंजाब के लोगों को अपील करते हैं भी धक्केशाही के खिलाफ डटो, नहीं तो आने वाले दिनों में यह थोड़े से भी पहला किसानों की तरह अज मुलाजमान की तरह हरेक वर्ग में पीसूंगे। इस करके साड़ी अपील है लोगों भाई इस धक्केशाही के खिलाफ आवाज बुलंद की जाए, पुलिस के डंडे के जोर नाल अब साड़ी आवाज को उठाने की कोशिश की जा रही, असी पूरा अमन तरीके नाल माननीय मुख्यमंत्री साहब नाल जा रहे। क्या घटना नूरपुर बेदी थाने जी, अज ठेका मुलाजम संघर्ष मोर्चे के सद्दे ते जिथे भी चन्नी मुख्यमंत्री ने आना सीगा, असी उन्हां दा जिहड़ी एक साडे कोल लिस्ट है 10 क्वेश्चनां दी, असी उन्हां नूं 10 क्वेश्चन करने सीगे, पर उस तो पहला ही सानू क्वेश्चन पुछण तो पहला ही सानू अरैसट करके, जबकि असी शांतिपूर्वक उन्हां नाल इह वार्तालाप करनी सीगी और पुलिस प्रशासन वल्लों सानू चक के इत्थे नूरपुर थाने दे विच लिआंदा गया, जबकि असी शांतिपूर्वक असी अपना जिहड़े उन्हां नाल सवाल जवाब करने से। हाँ सर, असी ठेका मुलाजम संघर्ष मोर्चा पंजाब दे सद्दे ते माननीय मुख्यमंत्री साहब जिहड़े आनंदपुर साहब विखे अज आ रहे से, असी उन्हां नूं पुर अमन तरीके नाल बिल्कुल शांतमई तरीके नाल मिलना चाहते थे, बिल्कुल असी पहला मंग पत्र राही अपने वख तरीके चन्नी साहब नूं दस चुके हैं भी असी जिथे भी तुहानूं जाना मिलने की कोशिश करांगे,
ਅਸੀਂ ਆਪਣੇ ਕਿਉਂਕਿ ਸਾਡੇ ਵੀ ਉਹ ਸੀਐਮ ਸਾਹਿਬ ਹੈ ਉਹ ਕਹਿ ਰਹੇ ਕਿ ਮੈਂ ਗਰੀਬਾਂ ਦਾ ਮੁੱਖ ਮੰਤਰੀ ਹੈ ਅਸੀਂ ਵੀ ਉਹ ਗਰੀਬ ਲੋਕ ਹੈ ਪੰਜਾਬ ਦੇ ਜਿਹੜੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਆ ਨਾ ਤਾਂ ਉਹ ਸਾਨੂੰ ਚੰਡੀਗੜ੍ਹ ਗਿਆ ਨੂੰ ਮਿਲਦੇ ਆ ਮੀਟਿੰਗ ਦਿੰਦੇ ਆ ਮੀਟਿੰਗ ਦੇ ਵਿੱਚ ਬੈਠਦੇ ਨਹੀਂ ਹੈਗੇ ਆ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਵੀ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਿਉਂ ਨਹੀਂ ਕੀਤਾ ਜਾ ਰਿਹਾ ਜਿਹੜੇ ਵਿਭਾਗਾਂ ਦੇ ਵਿੱਚ ਲੱਗੇ ਠੇਕਾ ਮੁਲਾਜ਼ਮ ਹੈ ਉਹਨਾਂ ਨੂੰ ਤੁਸੀਂ ਆਪਣੇ ਜਿਹੜੇ ਨਵੇਂ ਬਣਾਏ ਐਕਟ ਤੋਂ ਬਾਹਰ ਕਿਉਂ ਕੱਢਿਆ ਹੈ ਤੁਸੀਂ ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਕਿਉਂ ਨਹੀਂ ਲਾਗੂ ਕਰ ਰਹੇ ਹੈ 15ਵੀਂ ਕਾਨਫਰੰਸ ਲੇਬਰ ਕਾਨਫਰੰਸ ਦਾ ਜਿਹੜਾ ਫਾਰਮੂਲਾ ਹੈ ਉਹ ਤੁਸੀਂ ਠੇਕਾ ਮੁਲਾਜ਼ਮਾਂ ਤੇ ਲਾਗੂ ਕਿਉਂ ਨਹੀਂ ਕਰ ਰਹੇ ਹੈ ਪਰ ਜਦੋਂ ਅਸੀਂ ਕਿਤੇ ਵੀ ਸੀਐਮ ਸਾਹਿਬ ਨੂੰ ਮਿਲਣ ਜਾਂਦੇ ਹੈ ਵੱਡੀ ਤਾਦਾਦ ਦੇ ਵਿੱਚ ਸਾਡੇ ਉੱਪਰ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਲਾਠੀਆਂ ਵਰਸਾਈਆਂ ਜਾਂਦੀਆਂ ਅੱਜ ਵੀ ਸਰ ਮੇਰਾ ਖੁਦ ਗਲੇ ਦੇ ਘੁੱਟਿਆ ਹੋਣਾ ਮੇਰੇ ਤੋਂ ਹੁਣ ਬੋਲ ਵੀ ਨਹੀਂ ਹੋ ਪਾ ਰਿਹਾ ਸਾਡੇ ਹੋਰ ਵੀ ਸਾਥੀ ਹੈ ਡਾਂਗਾ ਨਾਲ ਉਹਨਾਂ ਨੂੰ ਹੁੱਝਿਆ ਗਿਆ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਬਿਲਕੁਲ ਸਾਡੇ ਵੱਲ ਤਰਸ ਨਹੀਂ ਕੀਤਾ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਕਿਹਾ ਵੀ ਤੁਸੀਂ ਸਾਡੇ ਭੈਣ ਭਰਾ ਹੈ ਲੋਕਾਂ ਨੂੰ ਅਸੀਂ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਮੁੱਖ ਮੰਤਰੀ ਸਾਹਿਬ ਜੇ ਕਹਿੰਦੇ ਵੀ ਗਰੀਬਾਂ ਦਾ ਮੁੱਖ ਮੰਤਰੀ ਅਸੀਂ ਵੀ ਗਰੀਬ ਹੈ ਸਾਡੀ ਗੱਲ ਸੁਣੀ ਜਾਵੇ ਪਰ ਅੱਜ ਸਾਡੀ ਸੁਣਵਾਈ ਕਰਨ ਦੀ ਬਜਾਏ ਸਾਨੂੰ ਆਨੰਦਪੁਰ ਸਾਹਿਬ ਤੋਂ 20 ਕਿਲੋਮੀਟਰ ਦੂਰ ਨੂਰੋ ਬੇਦੀ ਥਾਣੇ ਦੇ ਵਿੱਚ ਲਿਆ ਕੇ ਡੱਕ ਦਿੱਤਾ ਜਦੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਚਲੇ ਜਾਓਗੇ ਤਾਂ ਤੁਹਾਨੂੰ ਇੱਥੇ ਛੱਡਾਂਗੇ ਹਾਲੇ ਛੱਡਣ ਦਾ ਕੋਈ ਇਹਨਾਂ ਦਾ ਮੈਨੂੰ ਲੱਗਦਾ ਵੀ ਇਰਾਦਾ ਹੈ ਨਹੀਂ ਹੈ ਚੰਨੀ ਸਾਹਿਬ ਤੋਂ ਕੀ ਮੰਗ ਕਰਦੇ ਜੀ ਸਰ ਚੰਨੀ ਸਾਹਿਬ ਤੋਂ ਅਸੀਂ ਬਿਲਕੁਲ ਇਹ ਮੰਗ ਕਰਦੇ ਹਾਂ ਵੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੀਆਂ ਮੰਗਾਂ ਜਿਹੜੀਆਂ ਟੋਟਲ ਜਿੱਦਾਂ ਕਿ ਠੇਕਾ ਮੁਲਾਜ਼ਮ ਜਿਹੜੇ ਵੱਖ ਵਿਭਾਗਾਂ ਦੇ ਵਿੱਚ ਲੱਗੇ ਆ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜਿਹੜੀ 15ਵੀਂ ਲੇਬਰ ਕਾਨਫਰੰਸ ਦੇ ਜਿਹੜੇ ਹੈ ਫੈਸਲੇ ਆ ਉਹਨਾਂ ਨੂੰ ਲਾਗੂ ਕੀਤਾ ਜਾਵੇ ਬਰਾਬਰ ਕੰਮ ਬਰਾਬਰ ਤਨਖਾਹ ਦਾ ਜਿਹੜਾ ਇਹ ਰੂਲ ਹੈ ਉਹ ਲਾਗੂ ਕੀਤਾ ਜਾਵੇ ਅਤੇ ਜਿਹੜੀਆਂ ਵਿਭਾਗਾਂ ਦੇ ਵਿੱਚ ਛਾਂਟੀਆਂ ਕਰੀਆਂ ਜਾ ਰਹੀਆਂ ਉਹਨਾਂ ਨੂੰ ਬੰਦ ਕੀਤਾ ਜਾਵੇ ਲੋਕਾਂ ਨੂੰ ਘਰ ਘਰ ਰੁਜ਼ਗਾਰ ਦਾ ਜਿਹੜਾ ਵਾਅਦਾ ਕੀਤਾ ਉਹ ਪੂਰਾ ਕੀਤਾ ਜਾਵੇ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਦਾ ਵਾਅਦਾ ਪੂਰਾ ਕੀਤਾ ਜਾਵੇ ਜਿੰਨੇ ਵੀ ਆਪਣੇ ਵਾਅਦੇ ਕੀਤੇ ਆ ਜਿਹੜੀ ਸਰਕਾਰ ਵਾਅਦੇ ਕਰਕੇ ਗ੍ਰੰਥ ਸਾਹਿਬ ਦੀਆਂ ਸੂਹਾਂ ਖਾ ਕੇ ਸਰਕਾਰ ਸੱਤਾ ਦੇ ਵਿੱਚ ਆਈ ਉਹ ਆਪਣੇ ਵਾਅਦਿਆਂ ਨੂੰ ਪੂਰਾ ਕਰੇ ਜੇਕਰ ਚੰਨੀ ਸਾਹਿਬ ਆਪਣੇ ਵਾਅਦੇ ਪੂਰੇ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਪੁਰਅਮਨ ਤਰੀਕੇ ਨਾਲ ਚੰਨੀ ਸਾਹਿਬ ਦਾ ਪੂਰੇ ਪਿੰਡਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਕਰਾਂਗੇ ਲਗਾਤਾਰ ਜੇਕਰ ਚੰਨੀ ਸਾਹਿਬ ਸੋਚਦੇ ਹੋਣ ਕਿ ਚੋਣ ਜਾਬਤਾ ਲੱਗ ਗਿਆ ਠੇਕਾ ਮੁਲਾਜ਼ਮ ਘਰ ਬੈਠ ਜਾਣਗੇ ਅਸੀਂ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਦੇ ਨਾਲ ਸਾਂਝ ਪਾ ਕੇ ਅਸੀਂ ਇਹਨਾਂ ਨੂੰ ਪਿੰਡ ਪਿੰਡ ਦੇ ਵਿੱਚ ਜਾ ਕੇ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਵੀ ਵੋਟਾਂ ਦੇ ਦਿਨ ਤੱਕ ਵੋਟਾਂ ਵਾਲੇ ਦਿਨ ਵੀ ਅਸੀਂ ਇਹਨਾਂ ਨੂੰ ਸਵਾਲ ਜਵਾਬ ਕਰਦੇ ਰਹਾਂਗੇ ਇੱਕ ਪਾਸੇ ਚੰਨੀ ਸਾਹਿਬ ਨੇ ਵਾਅਦਾ ਕੀਤਾ ਵੀ 36,000 ਕੰਮਾਂ ਅਸੀਂ ਪੱਕਾ ਕੀਤਾ ਏ ਕੱਚਾ ਉਹਦੇ ਵਿੱਚ ਤੁਹਾਡਾ ਕਿਤੇ ਨੰਬਰ ਆਇਆ ਨਹੀਂ ਸਰ 36,000 ਜਿਹੜਾ ਮੁਲਾਜ਼ਮ ਪੱਕੇ ਕਰਨ ਦੀ ਚੰਨੀ ਸਾਹਿਬ ਗੱਲ ਕਰ ਰਹੇ ਹਾਂ ਅੱਜ ਇਹ ਬਿਲਕੁਲ ਇੱਕ ਐਲਾਨ ਹੈ ਇਹਨਾਂ ਦੇ ਅੱਜ ਤੱਕ ਕਹਿ ਰਹੇ ਕਿ ਮੈਂ 36,000 ਮੁਲਾਜ਼ਮ ਪੱਕਾ ਕਰ ਦੂੰਗਾ ਉਹਦੇ ਵਿੱਚੋਂ ਇਹਨਾਂ ਨੇ ਬੋਰਡ ਕਾਰਪੋਰੇਸ਼ਨਾਂ ਜਿਹੜੇ ਡਿਪਾਰਟਮੈਂਟ ਇਹਨਾਂ ਨੇ ਵੇਚਣੇ ਉਹ ਬਾਹਰ ਰੱਖ ਦਿੱਤੇ ਅੱਜ ਤੱਕ ਉਹ ਵੀ ਇੱਕ ਕੰਮ ਅਜੇ ਪੱਕਾ ਨਹੀਂ ਹੋਇਆ ਸਾਨੂੰ ਚੰਨੀ ਸਾਹਿਬ ਲਿਆ ਕੇ ਦੱਸ ਦੇਵੇ ਜਿਹੜੇ 36,000 ਮੁਲਾਜ਼ਮ ਹੈ ਵੀ ਮੈਂ ਆਹ ਪੱਕੇ ਕਰ ਚੁੱਕਿਆ ਇਹ ਐਲਾਨ ਪਰ ਐਲਾਨ ਹੋ ਰਹੇ ਪੰਜਾਬ ਦੀ ਧਰਤੀ ਦੇ ਲੋਕਾਂ ਨੂੰ ਜਿਹੜਾ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬਿਲਕੁਲ ਵੀ ਜਿਹੜਾ ਐਕਟ ਹਜੇ ਲਾਗੂ ਨਹੀਂ ਹੋਇਆ ਲੋਕਾਂ ਦੀ ਜਿਹੜੀ ਆਵਾਜ਼ ਡੰਡੇ ਦੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਜਿਹੜੇ ਲੋਕ ਇਹਨਾਂ ਨੂੰ ਸਵਾਲ ਪੁੱਛਦੇ ਹੈ ਇਹ ਲੋਕ ਇਹ ਕਹਿੰਦੇ ਵੀ ਲੋਕਤੰਤਰ ਹੈ ਮੈਨੂੰ ਕੋਈ ਵੀ ਮਿਲ ਸਕਦਾ ਹੈ ਮੇਰੇ ਕੋਲੋਂ ਕੋਈ ਵੀ ਸਵਾਲ ਜਵਾਬ ਕਰ ਸਕਦਾ ਹੈ ਅਸੀਂ ਚੰਨੀ ਸਾਹਿਬ ਨੂੰ ਪੁੱਛਣਾ ਚਾਹੁੰਦੇ ਵੀ ਕਿਆ ਅਸੀਂ ਪੰਜਾਬ ਦੇ ਨਾਗਰਿਕ ਨਹੀਂ ਹੈ ਕਿਆ ਅਸੀਂ ਇੱਥੋਂ ਦੇ ਬਸ਼ਿੰਦੇ ਨਹੀਂ ਹੈ ਕਿਆ ਅਸੀਂ ਤੁਹਾਡੇ ਵੋਟਰ ਨਹੀਂ ਹੈ ਕਿਆ ਅਸੀਂ ਉਹ ਗਰੀਬ ਲੋਕ ਨਹੀਂ ਹੈ ਜਿਨ੍ਹਾਂ ਦੇ ਅਸੀਂ 8,000 ਰੁਪਏ ਤਨਖਾਹ ਦੇ ਉੱਪਰ ਕੰਮ ਕਰਦੇ ਅਸੀਂ ਲੋਕਡਾਊਨ ਦੇ ਵਿੱਚ ਸਰ ਜਦੋਂ ਕਰੋਨਾ ਵਰਗੀ ਮਹਾਮਾਰੀ ਫੈਲੀ ਅਸੀਂ ਉਦੋਂ ਵੀ ਆਪਣੀ ਜਾਨਾਂ ਹਥੇੜੀ ਪਰ ਰੱਖ ਕੇ ਅਸੀਂ ਲੋਕਾਂ ਦੀ ਸੇਵਾ ਕੀਤੀ ਲੋਕਾਂ ਨੂੰ ਘਰ ਘਰ ਬਿਜਲੀ ਪਹੁੰਚਾਈ ਲੋਕਾਂ ਨੂੰ ਘਰ ਘਰ ਪਾਣੀ ਪਹੁੰਚਾਇਆ ਲੋਕਾਂ ਦੀ ਟਰਾਂਸਪੋਰਟ ਦੇ ਵਿੱਚ ਸਹਾਇਤਾ ਕੀਤੀ ਸਾਨੂੰ ਤਾਂ ਵੀ ਚੰਨੀ ਸਾਹਿਬ ਨੇ ਜਿਹੜੀ ਸਾਡੀ ਸੁਣਵਾਈ ਨਹੀਂ ਕੀਤੀ ਸਾਨੂੰ ਲੱਗਿਆ ਤਾਂ ਵੀ ਗਰੀਬਾਂ ਦਾ ਮਸੀਹਾ ਕਹਾਣ ਵਾਲਾ ਮੁੱਖ ਮੰਤਰੀ ਸਾਡੀ ਜਿਹੜੀ ਗੱਲ ਸੁਣੂਗਾ ਪਰ ਸੁਣਵਾਈ ਸਾਡੀ ਨਹੀਂ ਕੀਤੀ ਗਈ ਹੁਣ ਤੱਕ ਜਿਹੜੀ ਹੁਣ ਉੱਥੇ ਪੁਲਿਸ ਦੀ ਤੁਸੀਂ ਦੱਸਦੇ ਖਿੱਚ ਤੂੰ ਹੋਈ ਉਹਦੇ ਵਿੱਚ ਤੁਹਾਡਾ ਕੋਈ ਸਾਥੀ ਫੱਟੜ ਜਾਂ ਕੋਈ ਹਸਪਤਾਲ ਕੋਈ ਸਰ ਬਿਲਕੁਲ ਸਰ ਮੇਰੇ ਆਪ ਸਰ ਗਲ ਤੋਂ ਘੜੀ ਸਹਿ ਗਿਆ ਮੈਨੂੰ ਉੱਥੇ ਇੱਕ ਲੰਬਾ ਸਰ ਸਾਡੇ ਆਹ ਸਾਥੀ ਹੈ ਸਰ ਉਹਨਾਂ ਨੇ ਡੰਡਾ ਲੈ ਕੇ ਇਹ ਇੱਥੇ ਹੁਜ ਮਾਰੀ ਗਈ ਆਹ ਸਰ ਇੱਥੇ ਇਹ ਪਹਿਲਾਂ ਹੀ ਸਾਥੀ ਸਾਡਾ ਥੋੜਾ ਬਿਮਾਰ ਆ ਆਹ ਲਾਲ ਨਿਸ਼ਾਨ ਦੇਖੋ ਸਰ ਆਹ ਹੁਜ ਮਾਰੀ ਗਈ ਸਰ ਮੇਰਾ ਖੁਦ ਇੱਥੇ ਗਲ ਘੁੱਟਿਆ ਸਰ ਪੁਲਿਸ ਨੇ ਸਰ ਜਾਂ ਤਾਂ ਸਰ ਸਾਨੂੰ ਚੰਨੀ ਸਾਹਿਬ ਦੱਸਣ ਵੀ ਮੈਂ ਲਾਠੀ ਚਾਰਜ ਦਾ ਆਰਡਰ ਕੀਤਾ ਹੈ ਜਾਂ ਸਾਨੂੰ ਪੁਲਿਸ ਪ੍ਰਸ਼ਾਸਨ ਦੱਸਿਆ ਵੀ ਅਸੀਂ ਖੁਦ ਲਾਠੀ ਚਾਰਜ ਕੀਤਾ ਜਾਂ ਸਾਨੂੰ ਚੰਨੀ ਸਾਹਿਬ ਦੇ ਕਿਸੇ ਦੇ ਸਾਰੇ ਪਰ ਲਾਠੀ ਚਾਰਜ ਕੀਤਾ ਗਿਆ ਹੈ ਕਿਉਂਕਿ ਇਹ ਸਰ ਬਾਅਦ 'ਚ ਵੀ ਸਾਹ ਮੁੱਕ ਜਾਂਦੇ ਵੀ ਅਸੀਂ ਕੋਈ ਧੱਕਾ ਮੁੱਕੀ ਨਹੀਂ ਕੀਤੀ ਲਾਠੀ ਚਾਰਜ ਕੀਤਾ ਸਰ ਸਾਡੇ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਾਡੀ ਕਿਤੇ ਜਾਨ ਦਾ ਕੋਈ ਜਾਨ ਜਾਂਦੀ ਸਾਡੇ ਵਰਕਰ ਦੀ ਤਾਂ ਬਿਲਕੁਲ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਇੱਥੋਂ ਦੀ